द टीवी एन आर आई देख रहे हो, मैं हाँ सुखबीर सिंह शेरगिल। देश दुनिया के विच की हो रहा है उसके उत्ते तमाम झात मरवाने के लिए फास्ट 40 न्यूज़ लैके तुहाडे मुखातिब हो चुके हैं। मेरे नाल ने मेरे सहयोगी हिना जी। जी हाँ बिल्कुल, देश दुनिया के नाल जुड़िया हर वड्डी खबर तुहाडे तक पहुँचावे। शुरुआत कर लेंदे अज दी सुर्खियां दे नाल। वड्डी खबर, सुमेध सैनी मामले च रंधावा दा अपनी ही सरकार ते निशाना तीन अफसरां नूं हटाउण दी मांग। अफगानिस्तान दी राष्ट्रीय टीम दा फुटबॉल खिडारी सी यूएस दे जहाज तों डिगण वाला जाकी अनवारी। कश्मीर ते बयानबाजी नूं लैके आम आदमी पार्टी ने फिर बोलिया सिद्धू ते हमला। तालिबान दे डरों देश छड्ड के भजे अशरफ गनी ने अफगानिस्तान परतण दी खाधी कसम। लुधियाना दे भाजपा लीडरां ने सियासत च लियांदा भूचाल, इक तों बाद इक ने दित्ता इस्तीफा। सिडनी विच कोरोना दे नवे केस आए सामने, वधाई गई सख्ती। अश्वनी शर्मा ने साथियों समेत विदेश राज मंत्री नाल मुलाकात कर सौंपिया मांग पत्र। आस्ट्रेलिया च लगातार दूजे दिन रिकॉर्ड मामले आए सामने, कोरोना दा कहर जारी। रखड़ी दे त्योहार नूं लैके बाजारां दे विच देखण नूं मिली भीड़। तालिबान ताकत नाल शासन नहीं कर सकदा, अफगान अधिकारी दा कहना। संगरूर च पत्नी दा कतल करन वाला नशेड़ी पति गिरफ्तार। पाकिस्तान दे शिया मुसलमाना दे जुलूस च धमाका, 3 लोकां दी मौत, 50 तों वधेरे होए जख्मी। हुण पंजाब दे सरपंचां ने कैप्टन सरकार खिलाफ खोलिया मोर्चा, रखियां ऐ मंगा। अफगानिस्तान च फसे सैकड़े अफगान ते पाकिस्तान दे नागरिकां ने चमन सरहद तों पाकिस्तान च कीता प्रवेश। बिजली मुलाजम ने दरख्त नाल लटक के कीती खुदकुशी। पाकिस्तान दे कब्जे वाले कश्मीर दे राष्ट्रपति चुने गए सुल्तान महमूद। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਜੜਿਆ ਪਰਿਵਾਰ, ਨਵ ਵਿਆਹੇ ਜੋੜੇ ਨੇ ਚੁੱਕਿਆ ਖੌਫਨਾਕ ਕਦਮ। ਅਮਰੀਕਾ ਦੇ ਇੰਡੀਆਨਾ ਦੇ ਇੱਕ ਆਟੋਮੋਟਿਵ ਪਲਾਂਟ ਦੇ ਵਿੱਚ ਗੋਲੀਬਾਰੀ ਕਾਰਨ ਹੋਈ 2 ਔਰਤਾਂ ਦੀ ਮੌਤ। ਕਤਲ ਤੋਂ ਪਹਿਲਾਂ ਗੈਂਗਸਟਰ ਕੁਲਵੀਰ ਨਰਵਾਨਾ ਤੇ ਗੋਲੀਆਂ ਚਲਾਉਣ ਵਾਲੇ 5 ਗੈਂਗਸਟਰ ਗ੍ਰਿਫਤਾਰ। ਅਮਰੀਕੀ ਫੌਜੀਆਂ ਨੂੰ ਭੁਚਾਲ ਪੀੜਤ ਹੈਤੀ ਦੀ ਸਹਾਇਤਾ ਲਈ ਭੇਜਿਆ ਗਿਆ। ਮੁਨਵਰ ਰਾਣਾ ਨੇ ਤਾਲਿਬਾਨ ਨੂੰ ਲੈ ਫਿਰ ਦਿੱਤਾ ਵਿਵਾਦਿਤ ਬਿਆਨ। ਫਰਿਜ਼ਨੋ ਵਿਖੇ ਚੋਰੀ ਕੀਤੀਆਂ ਹਜ਼ਾਰਾਂ ਚਿੱਠੀਆਂ ਸਮੇਤ 2 ਵਿਅਕਤੀ ਗ੍ਰਿਫਤਾਰ। ਅਫਗਾਨਿਸਤਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਹੋ ਰਹੇ ਨੇ ਬਦ ਤੋਂ ਬਦਤਰ। ਅਮਰੀਕੀ ਸੰਸਦ ਭਵਨ ਨੇੜੇ ਟਰੱਕ 'ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਹੈ ਪੁਲਿਸ। ਅਰਵਿੰਦ ਕੇਜਰੀਵਾਲ 23 ਅਗਸਤ ਨੂੰ ਕਰਨਗੇ ਦਿੱਲੀ ਦੇ ਪਹਿਲੇ ਸਮੋਕ ਟਾਵਰ ਦਾ ਉਦਘਾਟਨ। ਅਫਗਾਨ ਬੀਬੀਆਂ ਨੂੰ ਲੈ ਕੇ ਅਮਰੀਕਾ ਹੈ ਕਾਫੀ ਚਿੰਤਤ, ਜੇਕ ਸੁਲਿਵਾਨ ਦਾ ਕਹਿਣਾ। ਦੇਸ਼ ਦੇ ਕਈ ਕਰੋੜ ਲੋਕਾਂ ਨੇ ਸਮੇਂ ਮਿਆਦ ਅੰਦਰ ਕੋਵਿਡ ਟੀਕਿਆਂ ਦੀ ਦੂਜੀ ਖੁਰਾਕ ਨਹੀਂ ਲਈ। ਭਾਰਤ ਤੋਂ ਇਟਲੀ ਲਈ ਸਰਬੀਆ ਤੇ ਅਲਬਾਨੀਆ ਰਾਹੀਂ ਆਉਣ ਵਾਲੇ ਲੋਕ ਡਾਢੇ ਦੁਖੀ ਨੇ। ਕਣਕ ਦੀਆਂ ਬੋਰੀਆਂ ਤੇ ਪੀਐਮ ਮੋਦੀ ਖੱਟੜ ਤੇ ਚੌਟਾਲਾਂ ਦੀਆਂ ਤਸਵੀਰਾਂ, ਕਿਸਾਨਾਂ ਨੇ ਅੱਗ ਲਾ ਕੇ ਕੀਤਾ ਵਿਰੋਧ। ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘਾਟਾ ਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਵੀ ਪਵੇਗੀ ਲੋੜ। ਅਫਗਾਨਿਸਤਾਨ ਨੇ ਭਾਰਤ ਦੇ ਨਾਲ ਆਯਾਤ ਨਿਰਯਾਤ ਕੀਤਾ ਬੰਦ। ਐਨਐਚਐਸ ਤੇ ਸਮਾਜਿਕ ਦੇਖਭਾਲ ਲਈ 551 ਮਿਲੀਅਨ ਪਾਉਣ ਦੀ ਸਹਾਇਤਾ ਜਾਰੀ, ਇੰਗਲੈਂਡ ਦੇ ਅਧਿਕਾਰੀ ਦਾ ਕਹਿਣਾ। 10ਵੀਂ ਜਮਾਤ ਦਾ ਪੇਪਰ ਦੇਣ ਪਹੁੰਚੇ ਇਨੋਲੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ। ਸਕਾਟਲੈਂਡ ਦੇ ਪਹਿਲੇ ਹਾਈਡਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ ਗਈ। ਸ਼੍ਰੀਨਗਰ 'ਚ ਮੁਹਰਮ ਦਾ ਜਲੂਸ ਕੱਢਣ ਤੇ ਪਾਬੰਦੀ। ਨਿਊਜ਼ੀਲੈਂਡ ਨੇ 12 ਤੋਂ 15 ਸਾਲ ਦੇ ਬੱਚਿਆਂ ਨੂੰ ਕੋਰੋਨਾ ਰੋਕੂ ਟੀਕਾ ਲਗਵਾਉਣ ਦੀ ਦਿੱਤੀ ਮਨਜ਼ੂਰੀ। ਜੰਮੂ ਕਸ਼ਮੀਰ 'ਚ ਅਤਵਾਦੀਆਂ ਨੇ ਹੁਣ ਆਪਣੀ ਪਾਰਟੀ ਦੇ ਕਰਮਚਾਰੀ ਨੂੰ ਮਾਰੀ ਗੋਲੀ। ਕੁਝ ਘੰਟਿਆਂ 'ਚ ਹੀ ਵਾਅਦੇ ਤੋਂ ਪਲਟ ਗਿਆ ਤਾਲਿਬਾਨ, ਮਹਿਲਾ ਐਂਕਰ ਨੂੰ ਸਟੂਡੀਓ 'ਚ ਵੜਨ ਤੋਂ ਕੀਤਾ ਇਨਕਾਰ। ਹਿਮਾਚਲ 'ਚ ਸੇਬਾਂ ਨਾਲ ਭਰੀ ਪਿਕਅਪ ਗੱਡੀ ਖੱਡ 'ਚ ਡਿੱਗੀ, 2 ਸਕੇ ਭਰਾਵਾਂ ਦੀ ਹੋਈ ਮੌਤ। ਜਾਪਾਨ ਦੀ 2029 ਤੱਕ ਮੰਗਲ ਗ੍ਰਹਿ ਤੋਂ ਮਿੱਟੀ ਦੇ ਨਮੂਨੇ ਲਿਆਉਣ ਦੀ ਯੋਜਨਾਬੰਦ ਹੋਈ। ਸੋ ਇਹ ਤਾਂ ਸਨ ਦੇਸ਼ ਦੁਨੀਆ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ, ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਮੁਖਾਤਿਬ ਕਰਵਾਇਆ। ਇਸੇ ਤਰ੍ਹਾਂ ਵੱਡੀਆਂ ਖਬਰਾਂ ਨੂੰ ਲਗਾਤਾਰ ਆਪਣੇ ਤੱਕ ਪਹੁੰਚਦਾ ਕਰਨ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ।